ਫਿਰ ਨਾ ਦੱਸਦਾ ਜਾਂ ਵੀ ਅਸੀਂ ਪੀਟਰ 'ਚ ਕੀ ਕੀ ਫਿੱਟ ਕਰ ਰਹੇ ਹਾਂ। ਬਾਈ ਜਨ ਨੇ ਕਰਿੰਕ ਫਿੱਟ ਕਰ ਦਿੱਤੀ ਹੈ ਜੀ ਪੀਟਰ ਦੇ ਵਿੱਚ, ਅਤੇ ਟਾਈਮਕ ਬਣ ਰਿਹਾ ਜੀ ਮਿਸਤਰੀ ਸਾਹਿਬ ਹੋਰੀ। ਜੀ ਮਿਸਤਰੀ ਸਾਹਿਬ ਨੇ ਸਾਰਾ ਪੀਟਰ ਜਾੜ ਦਿੱਤੇ ਜੀ, ਅਤੇ ਜ਼ਿਕ ਦਾ ਮੋਬਾਇਲ ਪਾ ਰਹੇ ਹਾਂ ਜੀ ਅਸੀਂ। ਮਿਸਤਰੀ ਸਾਹਿਬ ਇਹਦੇ ਨਾਲ ਪਰਫੋਰਮੈਂਸ ਅੱਛੀ ਆਵੇਗੀ ਜੀ? ਹਾਲੇ ਕੁਝ ਹਾਲੇ ਤੱਕ ਤਾਂ ਪੀਟਰ ਦਾ ਜੀ ਹੈਡ ਸ਼ੇਡ ਸਾਰਾ ਕੁਝ ਲੱਗਣ ਵਾਲਾ ਰਹਿੰਦਾ ਹੈ। ਮਿਸਤਰੀ ਸਾਹਿਬ ਇਹ ਜਨਾਬ 7 ਲੀਟਰ ਹੈ ਜੀ? ਚਲੋ ਸਾਹਿਬ ਨਾ ਪਿਸਟਨ ਵੇਖ ਰਹੇ ਵੀ ਇਹਦੀ ਟਾਪ ਪੂਰੀ ਹੈ। ਇਹ ਦੇਖੋ ਜੀ ਪਿਸਟਨ ਕੰਮ ਕਰ ਰਿਹਾ। ਹੈਡ ਫੜਾਂਗੇ ਫਿਰ। ਲਓ ਜੀ ਹੁਣ ਮਿਸਤਰੀ ਸਾਹਿਬ ਨੂੰ ਹੈਡ ਦੇਣੇ। ਅਹਿਮਦ ਭਾਈ ਹੋਰਾਂ ਹੈਡ ਚਾ ਕੇ ਦਿੱਤਾ ਮਿਸਤਰੀ ਸਾਹਿਬ ਨੂੰ। ਲਓ ਜੀ ਹੈਡ ਹੋਣ ਲੱਗਾ ਫਿੱਟ ਜੀ। ਮਿਸਤਰੀ ਸਾਹਿਬ ਤੁਸੀਂ ਕਿੰਨੇ ਕੁ ਦੇਰ ਜੀ ਪੀਟਰ ਫਿੱਟ ਕੀਤਾ ਜੀ? ਡੂਢ ਘੰਟੇ ਦੇ ਵਿੱਚ। ਲਓ ਜੀ ਨਾਜ਼ਰੀਨ ਡੇਢ ਘੰਟੇ ਦੇ ਵਿੱਚ ਨਾ ਪੀਟਰ ਜਨਾਬ ਚਾਲੂ ਕਰਨ ਦੇ ਹੁਣ ਨਜ਼ਦੀਕ ਅੱਪੜ ਗਏ ਸੀ। ਨਾਜ਼ਰੀਨ ਉਸਤਾਦ ਮੁਬਸ਼ਰ ਸਾਹਿਬ ਨੇ ਇੰਜਣ ਜਾੜ ਦਿੱਤਾ ਹੈ ਅਤੇ ਹਵਾ ਗੜਾ ਗਡਾਉਂਦੇ ਪਏ ਨੋਜ਼ਲ ਦੇ ਉੱਤੋਂ ਜਨਾਬ, ਅਤੇ ਕਸ ਰਹੇ ਨੇ ਟੀ ਜੀ। ਹਾਂਜੀ ਬਾਈ ਜਨ ਇੰਜਣ ਹੁਣ ਬਿਲਕੁਲ ਤਿਆਰ ਹੈ ਚਲਾਉਣ ਵਾਸਤੇ ਰੈਡੀ ਜੀ। ਚਲੋ ਜੀ ਆ ਗੇੜਾ ਲਾ ਰਹੇ ਨੇ ਵੇਖ ਰਹੇ ਜੀ, ਅੱਗੇ ਨਾ ਕਾਫੀ ਹੌਲਾ ਮਲੂਮ ਹੋ ਰਿਹਾ। ਬਹੁਤ ਹੀ ਅੱਛਾ ਪਾਣੀ ਇਲੈਕਟ੍ਰਿਕ ਮੋਟਰ ਜਿੰਨਾ ਪਾਣੀ ਦੇ ਰਿਹਾ ਜੀ।